ਨੂੰ ਕਿਦਾਂ ਦਾ ਫੂਡ ਚਾਹੀਦਾ ਉਹ ਪੇਸ਼ੈਂਟ ਦੇ ਹਿਸਾਬ ਨਾਲ ਰਹਿਣਾ ਇੱਕ ਮਿੰਟ ਮੇਰੀ ਗੱਲ ਸੁਣੋ ਕਿਉਂਕਿ ਇਹ ਸਾਰਾ ਲਿਸਨਰ ਦੇ ਉੱਤੇ ਵੀ ਡਿਪੈਂਡ ਕਰਦਾ ਆਪਾਂ ਕਹਿੰਦੇ ਹਾਂ ਕਿ ਚੰਗੇ ਨਾਮ ਵਿੱਚ ਕਹੋ ਕਿ ਰਜਨੀ ਤੁਸੀਂ ਆਹ ਅੱਛਾ ਵੀ ਗਾਇਆ ਜਾਂ ਇਹ ਕੋਈ ਮੀਨਿੰਗਫੁਲ ਨਹੀਂ ਸੀਗਾ ਜਾਂ ਇਹ ਤੁਸੀਂ ਯੂਜ਼ਲੈਸ ਗਾ ਦਿੱਤਾ ਤੁਸੀਂ ਦੇਖੋ ਉਹਨਾਂ ਦੇ ਕਿੰਨੇ ਵਿਊਜ਼ ਕੋਈ ਵੀ ਅਚਾਨਕ ਨਹੀਂ ਬਣਦਾ ਬਹੁਤ ਥੋੜੇ ਆਰਟਿਸਟ ਆ ਜਿਹੜੇ ਤੋਂ ਰੋਲੇ ਖਵਾ ਕੇ ਆਏ ਕਿ ਇਹਨਾਂ ਨੇ ਇੰਨੀ ਦੇਰ 'ਚ ਸਟਾਰਡਮ ਮਿਲ ਜਾਂਦੀ ਡਿਗਰੀਜ਼ ਹੈਗੀਆਂ ਹਰ ਬਣਨਾ ਚਾਹੁੰਦਾ ਮੈਂ ਕਿਉਂਕਿ ਮੈਂ ਜਿਹੜੇ ਜਿੰਨੇ ਜ਼ਿਆਦਾ ਵਧੀਆ ਹੈਲਦੀ ਪਰਿਵਾਰਿਕ ਗਾ ਮੈਂ ਆਪਣਾ ਕੀ ਜਿਹੜੇ ਗਾਣੇ ਅੱਜ ਲਾਂਚ ਕੀਤਾ ਵਾ ਅਤੇ ਕੀ ਕਹਿਣਾ ਵਾ ਆਪਣੇ ਇਸ ਗਾਣੇ ਮਾਈ ਸੈਲਫ ਰਜਨੀ ਦੇ ਨਾਂ ਰਿਹਾ ਅੱਜ ਅਸੀਂ ਇੱਕ ਪੰਜਾਬੀ ਸੌਂਗ ਰਿਲੀਜ਼ ਕੀਤਾ ਸਰਬ ਰਿਕਾਰਡ ਅਤੇ ਕਿੰਦਾ ਕਮੌਰ ਵਾਲੇ ਦੀ ਪੇਸ਼ਕਸ਼ ਹੈ ਚੱਕਵੇਂ ਸਟੇਟਸ ਇਹ ਇੱਕ ਬੜਾ ਹੀ ਚੁਲਬੁਲਾ ਸੌਂਗ ਹੈ ਹਸਬੈਂਡ ਵਾਈਫ ਦਾ ਇਹਦੇ ਵਿੱਚ ਨੋਕ ਝੋਕ ਦਿਖਾਈ ਗਈ ਹੈ ਕਿ ਹਰ ਬੰਦਾ ਹਸਬੈਂਡ ਵੀ ਆਪਣੀ ਫੇਸਬੁੱਕ 'ਤੇ ਬਿਜ਼ੀ ਹੈ ਅਤੇ ਵਾਈਫ ਉਹਨੂੰ ਕੁਐਸਚਨ ਪੁੱਛਦੀ ਹੈ ਵੀ ਇਹ ਸਾਰਾ ਰਾਜ਼ ਤੁਹਾਨੂੰ ਖੋਲ੍ਹਾਂਗੇ ਮੈਡਮ ਜਿਹੜੀ ਅੱਜ ਕੱਲ੍ਹ ਲਚਰ ਗਾਇਕੀ ਚੱਲਦੀ ਹੈ ਜਾਂ ਜਿਹੜੇ ਹਥਿਆਰਾਂ ਦੇ ਗੀਤ ਆਉਂਦੇ ਉਹਦੇ 'ਤੇ ਆਪਣਾ ਕੀ ਕਹਿਣਾ ਵਾ ਆਪਣਾ ਕੁਛ ਕਹਿਣਾ ਨਹੀਂ ਹੈ ਦੇਖੋ ਇਹ ਹਰ ਇਨਸਾਨ ਦਾ ਆਪਣਾ ਸੋਚਣ ਦਾ ਹਰ ਇੱਕ ਆਰਟਿਸਟ ਦਾ ਆਪਣਾ ਸੋਚਣ ਦਾ ਢੰਗ ਹੈ ਹੈ ਨਾ ਹਰ ਇੱਕ ਕੋਈ ਬਹੁਤ ਕਮਰਸ਼ੀਅਲ ਸੋਚਦਾ ਕੋਈ ਬੜਾ ਰਾਤੋ ਰਾਤ ਸਟਾਰ ਬਣਨਾ ਚਾਹੁੰਦਾ ਹੁੰਦਾ ਹੈ ਨਾ ਜਾਂ ਜੋ ਲੋਕ ਪਸੰਦ ਕਰਦੇ ਜੋ ਯੰਗਸਟਰ ਪਸੰਦ ਕਰਦੇ ਆ ਕੋਈ ਉਹ ਚੀਜ਼ਾਂ ਲਾਈਕ ਕਰਦਾ ਹੁਣ ਮੇਰੀ ਪਰਸਨਲੀ ਥੋਟ ਹੈ ਕਿ ਮੈਂ ਬਜ਼ੁਰਗਾਂ ਨੂੰ ਉਹਨਾਂ ਦੇ ਦਿਲਾਂ ਨੂੰ ਛੂਵਾਂ ਉਹਨਾਂ ਤੋਂ ਬਲੈਸਿੰਗ ਲਵਾਂ ਮੇਰੇ ਆਪਣੇ ਮਤਲਬ ਮੈਂ ਲਿਰਿਕਸ ਚੂਜ਼ ਕਰਦੀ ਹਾਂ ਵਿੱਚ ਹੁਣ ਯੰਗਸਟਰਸ ਲਈ ਵੀ ਗਾ ਰਹੇ ਹਾਂ ਬਟ ਉਹਦੇ ਵਿੱਚ ਕੋਈ ਵੀ ਐਸੀ ਗੱਲ ਨਹੀਂ ਕਿ ਕਿਸੇ ਨੂੰ ਹਾਰਟ ਫੀਲ ਕਰੇ ਇਹ ਗੀਤਾਂ ਦਾ ਜਿਹੜਾ ਆਮ ਪਬਲਿਕ 'ਤੇ ਅਸਰ ਪੈਂਦਾ ਤੁਸੀਂ ਕੀ ਮੰਨਦੇ ਹੋ ਮੈਂ ਮੰਨਦੀ ਹਾਂ ਕਿ ਕਿਉਂਕਿ ਹਰ ਇੱਕ ਇਨਸਾਨ ਕੋਮਨ ਪੀਪਲ ਆਰਟਿਸਟ ਨੂੰ ਹੀ ਫੋਲੋ ਕਰਦਾ ਜਿੱਦਾਂ ਦਾ ਉਹ ਆਪਾਂ ਖਾਣਾ ਪੇਸ਼ ਕਰਾਂਗੇ ਨਾ ਉੱਦਾਂ ਦਾ ਹੀ ਉਹਦਾ ਬਾਡੀ ਸਟਰਕਚਰ ਹੋਊਗਾ ਅਤੇ ਇਹ ਸੁਸਾਇਟੀ ਵੀ ਸਾਡੀ ਬਾਡੀ ਹੈ ਆਰਟਿਸਟ ਦਾ ਇੱਕ ਬੜਾ ਵੱਡਾ ਰੋਲ ਹੁੰਦਾ ਇਸ ਦੇ ਵਿੱਚ ਮੈਂ ਕਹਿੰਦੀ ਕਿ ਹਰ ਇੱਕ ਆਰਟਿਸਟ ਜਿੱਦਾਂ ਕਮਰਸ਼ੀਅਲ ਸਿੰਗਿੰਗ ਦੇ ਨਾਲ ਨਾਲ ਥੋੜ੍ਹਾ ਸੁਸਾਇਟੀ ਲਈ ਵੀ ਗਾਏ ਜ਼ਰੂਰ ਆਪਣੇ ਮੋਰਲ ਉਹਨਾਂ ਨੂੰ ਵੀ ਰਾਈਟਸ ਜ਼ਰੂਰ ਉਹਨਾਂ ਨੂੰ ਪੇਸ਼ ਕਰੇ ਆਪਣੇ ਸੌਂਗਸ ਦੇ ਮਾਧਿਅਮ ਇਹ ਆਪਣਾ ਕਿੰਨਵਾਂ ਗੀਤ ਹੈ ਮੈਮ ਗੀਤ ਦਾ ਨੰਬਰ ਤਾਂ ਨਹੀਂ ਦੱਸ ਸਕਦੀ ਐਕਚੁਲੀ ਮੇਰੇ 65 ਪਲੱਸ ਐਲਬਮਸ ਆ ਚੁੱਕੇ ਆ ਪਹਿਲਾਂ ਔਰ 12-15 ਐਲਬਮਸ ਮੇਰੀਆਂ ਪੰਜਾਬੀ ਵੀ ਆਈਆਂ ਉਸ ਤੋਂ ਬਾਅਦ ਸੋਲੋ ਟਰੈਕਸ ਦਾ ਸਿੰਗਲ ਟਰੈਕਸ ਦਾ ਟ੍ਰੈਂਡ ਹੋਇਆ ਮੈਂ ਉਹਨਾਂ ਵਿੱਚ ਗਾ ਰਹੀ ਹਾਂ ਆਈ ਡੋਂਟ ਨੋ ਕਿ ਮੇਰਾ ਇਹ ਕਿੰਨਵਾਂ ਨੰਬਰ ਤੁਹਾਡੇ ਸੌਂਗ